See you taking pictures on the gram. What I gotta do to be your man? I've been working hard and going ham. I went Hollywood, yeah, that's your land. Snapping all those pictures on your iPhone. I just wanna take you back to my home. I know I got issues, but you get me. I will make you mine if you let me. But you drain me, keep me waiting. I don't switch up for nobody, but you change me. See you going to the party, but you don't take me. What the fuck I'm supposed to do? Why you acting cool? Girl, I know you got some options. No, don't act like I don't got some too. Baby, tell me what's the problem? Cause I'm trying to give my all to you. Now you got me in my feelings, taking up all of my energy. Yeah, you got me in my feelings, got me talking with all my energy. Yeah, you got me in my feelings, got me talking with this Hennessy. Every single time I see you taking pictures on the ground. Just on your iPhone. I just wanna take you back to my home. I know I got issues, but you get me. I will make you mine if you let me. You, but you always be hating. Why you always call? Asking for the move. Good morning, ki hal chal ne. Welcome to Kanda Vlogs. Ek vari fir to thoda swagat hai Kanda Vlogs de vich. Te ajj hega ya Sunday te sveer de kuch around 8:30-9 baje hoye aa. Te tusi vi sochde hone aa ki huni pichle vloggaan vich t-shirt aa paa fir reha siga, t-shirt aa jo vlog bana reha si, te hun ਹੁੱਡੀ ਪਾਈ ਹੋਈ ਹੈ, ਜੈਕਟ ਪਾਈ ਹੋਈ ਹੈ, ਇੱਦਾਂ ਦਾ ਕੀ ਹੋ ਗਿਆ। ਇਹੀ ਕਨੇਡਾ ਆ, ਇੱਥੇ ਇੱਕ ਰਾਤ 'ਚ ਪਹਿਲਾਂ ਗਰਮੀ ਹੁੰਦੀ ਹੈ, ਇੱਕ ਦਿਨ ਬਾਅਦ ਇੱਥੇ ਠੰਡ ਹੁੰਦੀ ਆ। ਆਹ ਦੇਖੋ ਬਾਹਰ ਮੌਸਮ, ਤੁਸੀਂ ਦੇਖਦੇ ਹੀ ਹੋਣੇ ਆ ਕਿੰਨੀ ਧੁੰਦ ਪਈ ਹੋਈ ਹੈ ਇੱਥੇ। ਦੇਖੋ ਹਾਲੇ ਥੋੜ੍ਹੇ ਕੁ ਦਿਨ ਪਹਿਲਾਂ ਹੀ, ਕੁਛ ਅਰਾਊਂਡ 5-10 ਦਿਨ ਪਹਿਲਾਂ ਇੱਥੇ ਗਰਮੀ ਸੀਗੀ, ਕੁਛ 25-30 ਡਿਗਰੀ ਟੈਂਪਰੇਚਰ ਸੀਗਾ, ਅਤੇ ਹੁਣ ਇੱਕਦਮ ਹੀ ਠੰਡ ਹੋ ਗਈ। ਅਤੇ ਉਹ ਦੇਖੋ ਅੱਗੇ ਕੁਛ ਨਹੀਂ ਦਿਖ ਰਿਹਾ, ਬ੍ਰੇਕਫਾਸਟ ਹੋ ਗਿਆ ਆਪਣਾ। ਤੇ ਦੁਆਬੇ ਦੇ ਆਏ ਸੀਗੇ ਦੋ ਆਲੂ ਵਾਲੇ ਪਰੌਂਠੇ ਵਿਦ ਚਾਹ, ਕੋਂਬੋ ਸੀਗਾ, $10 ਦੇ ਹੋਏ ਦੋਵੇਂ। ਤੇ ਆਪਣਾ ਹੋ ਗਿਆ ਬ੍ਰੇਕਫਾਸਟ, ਹੁਣ ਕਿੰਨੇ 1:30 ਵੱਜ ਗਏ ਆ, 1:30 ਵਜੇ ਬ੍ਰੇਕਫਾਸਟ ਹੋਇਆ। ਤੇ ਹੁਣ ਚੱਲਦੇ ਹਾਂ ਘਰੇ, ਨਹਾਉਂਦੇ ਨਹੁੰਦੇ ਹਾਂ, ਫਿਰ ਜਾ ਕੇ ਔਰ ਤੱਕ ਆ ਜਾਣਾ ਜਿਹਦੀ ਮਸਟੈਂਗ ਆ ਉਹਨੇ, ਅਤੇ ਫਿਰ ਬਣਾਉਂਦੇ ਹਾਂ ਮਸਟੈਂਗ ਦਾ ਬਲੌਗ, ਅਤੇ ਫਿਰ ਕਰਦੇ ਹਾਂ ਗੱਲਾਂ ਕਿਹੋ ਜਿਹੀ ਗੱਡੀ ਆ ਅਤੇ ਕੀ ਕੀ ਹਿਸਾਬ ਦਾ ਵਾ। ਤੇ ਹੁਣੇ ਹਲੇ ਨਿਕਲੇ ਰੈਡੀ ਰੂਡੀ ਹੋ ਕੇ ਬਾਹਰ ਨੂੰ, ਤੇ ਹੁਣ ਚੱਲਦੇ ਹਾਂ, ਪਹਿਲਾਂ ਗੱਡੀ ਵਾਸ਼ ਕਰਾਵਾਂਗੇ। ਹੁਣ ਅਸੀਂ ਆਏ ਹਾਂ ਸਭ ਤੋਂ ਪਹਿਲਾਂ ਤਾਂ ਕਾਰ ਵਾਸ਼ ਕਰਾਉਣ। ਤੇ ਕਾਰ ਵਾਸ਼ ਇੱਥੇ ਕੀ ਹਿਸਾਬ ਹੁੰਦਾ? ਇੱਕ ਤਾਂ ਪੁਆਇੰਟ ਮਿਲਦੇ ਹੁੰਦੇ ਨਾ, ਜਿਹੜਾ ਵੀ ਤੇਲ ਪਵਾਉਂਦੇ ਨਾ ਗੱਡੀ 'ਚ, ਉਹ ਜਿੰਨੇ ਡਾਲਰ ਹੁੰਦੇ ਉਸ ਹਿਸਾਬ ਨਾਲ ਪੁਆਇੰਟ ਮਿਲਦੇ ਆ। ਫਿਰ ਕੁਛ ਕਿੰਨੇ ਡਾਲਰ ਤੇ ਫ੍ਰੀ ਹੁੰਦੀ ਕਾਰ ਵਾਸ਼? 700 ਪੁਆਇੰਟ ਤੇ ਇੱਕ ਕਾਰ ਵਾਸ਼ ਫ੍ਰੀ ਹੁੰਦੀ, ਤੇ 1 ਡਾਲਰ ਦਾ 1 ਪੁਆਇੰਟ ਮਿਲਦਾ? ਨਹੀਂ, ਆਹ 1 ਦਾ 1, ਕਈਆਂ ਦੇ 1 ਤੇ 10 ਮਿਲਦੇ। ਹਾਂ, ਕਈਆਂ ਦੇ 1 ਡਾਲਰ ਦੇ 10 ਪੁਆਇੰਟ ਮਿਲਦੇ ਹੁੰਦੇ, ਕਈਆਂ ਦੇ 1 ਤੇ 1 ਮਿਲਦਾ ਹੁੰਦਾ। ਪਰ ਸਾਡੇ ਤੋਂ ਆਪਲੇ ਪੰਪ ਦਾ ਕਾਰਡ ਨਹੀਂ ਸੀਗਾ, ਫੇ ਤਾਂ ਕਰਕੇ ਵਾਸ਼ ਬਾਈ ਕੀਤੀ, ਤੇ $18 ਦੀ ਵਾਸ਼ ਆ। ਇਹਨੇ ਸਾਰੀ ਗੱਡੀ ਧੋ ਦੇਣੀ ਆ, ਬਾਹਰੋਂ ਬਾਹਰੋਂ ਹੀ, ਅੰਦਰੋਂ ਨਹੀਂ, ਤੇ ਸਾਰੀ ਗੱਡੀ ਵਾਸ਼ ਕਰ ਦਿੰਦੀ, ਤੇ $18 ਦੀ ਵਾਸ਼ ਹੁੰਦੀ। Snapping all those pictures on your iPhone. I just wanna take you back to my home. I know I got issues, but you get me. I will make you mine if you let me. But you drain me, keep me waiting. I don't switch up for nobody, but you change me. See you going to the party.
ਸਨੈਪਿੰਗ ਲੱਭਦੇ ਅਸੀਂ ਆ ਤਾਂ ਗਏ ਆ, ਪਤਾ ਨਹੀਂ ਕਿਹੜੀ ਜਗ੍ਹਾ ਇਹ ਕੈਲਡਨ ਆ ਕਿਤੇ, ਅਸੀਂ ਕੋਈ ਗਲੀ ਜੀ ਦਿਖੀ, ਅਸੀਂ ਉਧਰ ਨੂੰ ਗੱਡੀ ਪਾ ਲਈ ਆਪਣੀ, ਤੇ ਆਹ ਗੱਡੀ ਖੜੀ ਆ ਤੇ ਪਿੱਛੇ ਤੁਸੀਂ ਵਿਊ ਦੇਖਦੇ ਹੋਣੇ ਆ। ਤੁਹਾਨੂੰ ਮੈਂ ਵਿਊ ਦਿਖਾਉਣਾ ਕਿਹੋ ਜਿਹਾ ਆ, ਲੋਕ ਲੱਗਾ ਪਿਆ ਆ ਪਰ ਜਗ੍ਹਾ ਬਹੁਤ, ਆਹ ਦੇਖੋ ਇੰਨੀ ਸੋਹਣੀ ਜਗ੍ਹਾ ਆ ਨਾ, ਸਾਰੇ ਦਰਖਤ ਹੀ ਦਰਖਤ ਲੱਗੇ ਹੋਏ ਆ, ਤੇ ਆਹ ਇੱਧਰ ਦੀ ਆ ਸਾਰੇ ਪੱਤੇ ਹੀ ਪੱਤੇ ਆ, ਦੇਖੋ ਕਿੰਨੇ ਪੱਤੇ, ਪੱਤਝੜ ਚੱਲਦੀ ਪਈ ਹੈ ਨਾ, ਸਾਰਾ ਸਾਰੇ ਪੱਤੇ ਹੀ ਆ, ਤੇ ਇੱਥੇ ਲੋਕ ਲੱਗਾ ਹੋਇਆ। ਅੱਗੇ ਕੋਈ ਜਾਣਾ ਮੈਨੂੰ ਲੱਗਦਾ ਲੋਅ ਨਹੀਂ ਹੈਗਾ, ਟ੍ਰੈਸ ਪਾਸਿੰਗ ਹੋਣੀ ਆ, ਬਟ ਅਸੀਂ ਇੱਥੇ ਗੱਡੀ ਲਗਾ ਲਈ, ਹੁਣ ਇੱਥੇ ਹੁਣ ਵਲੋਗ ਬਣਾਉਂਦੇ ਗੱਡੀ ਦਾ, ਤਾਂ ਕਰਦੇ ਹਾਂ ਸ਼ੁਰੂ, ਸੈਨੀ ਸਾਹਿਬ ਫੋਟੋਆਂ ਖਿੱਚੀ ਜਾਂਦੇ ਗੱਡੀ ਦੀਆਂ, ਅਤੇ ਹੁਣ ਗੱਡੀ ਦਾ ਵਲੋਗ ਸ਼ੁਰੂ ਕਰਦੇ ਹਾਂ। ਮਸਟੈਂਗ ਦੀ ਵੀਡੀਓ ਬਣਾਉਣ ਜਾ ਰਹੇ ਹਾਂ, ਅਤੇ ਆਹ ਮਸਟੈਂਗ ਹੈਗੀ ਆ ਸੈਨੀ ਸਾਹਿਬ ਦੀ, ਆਹ ਮੇਰੇ ਨਾਲ ਹੀ ਰਹਿੰਦਾ, ਅਸੀਂ ਇਕੱਠੇ ਹੀ ਪੜ੍ਹੇ ਇੰਡੀਆ ਵੀ, ਅਤੇ ਇੱਥੇ ਵੀ ਅਸੀਂ ਇੱਕੋ ਹੀ ਘਰ 'ਚ ਰਹਿੰਦੇ ਹਾਂ ਇਕੱਠੇ, ਅਤੇ ਆਹ ਮਸਟੈਂਗ ਇਹਦੀ ਗੱਡੀ ਆ, ਅਤੇ ਅੱਜ ਅਸੀਂ ਇਹਦੀ ਗੱਡੀ ਬਾਰੇ ਗੱਲ ਕਰਾਂਗੇ। ਹੋਰ ਫਿਰ ਸੈਨੀ ਸਾਹਿਬ ਕਿੱਦਾਂ, ਵਧੀਆ? ਇਹਨੂੰ ਤੁਸੀਂ ਪਹਿਲਾਂ ਵੀ ਇੱਕ ਅੱਧੀ ਵੀਡੀਓ 'ਚ ਦੇਖਿਆ ਹੋਣਾ, ਉਹ ਜਦੋਂ ਵਿਆਹ ਵਾਲੀ ਵੀਡੀਓ ਸੀ ਉਹ 'ਚ ਸੀਗਾ। ਇਹ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਹੀ ਆ, ਤਾਂ ਫਿਰ ਇੰਜਨ ਤੋਂ ਸ਼ੁਰੂ ਕਰਦੇ ਹਾਂ, ਠੀਕ ਆ ਨਾ? ਹੁਣ ਇੰਜਨ ਇੱਦਾਂ ਬੰਦ ਕਰਕੇ ਤਾਂ ਦਿਖਾ ਨਹੀਂ ਸਕਦੇ, ਇੰਜਨ ਨੂੰ ਖੁੱਲ੍ਹ ਕੇ ਆਈਓ। ਸਭ ਤੋਂ ਪਹਿਲਾਂ ਗੱਲ ਕਰਦੇ ਇੰਜਨ ਦੀ, ਆਹ ਦੇਖ ਲਓ ਇੰਜਨ ਤੁਹਾਡੇ ਸਾਹਮਣੇ ਹੀ ਆ। ਕਿਹੜਾ ਇੰਜਨ ਆ ਇਹ? 3.7 ਲੀਟਰ ਹੈ ਨਾ, V6 3.7 ਲੀਟਰ ਇੰਜਨ ਆ, 6 ਸਿਲੰਡਰ ਮਸਟੈਂਗ V6 2016 ਮਾਡਲ ਆ, ਅਤੇ ਆਹ ਤੁਹਾਡੇ ਸਾਹਮਣੇ ਇੰਜਨ ਆ, ਦੇਖ ਲਓ ਇੰਜਨ ਤੋਂ ਹੀ ਪਤਾ ਲੱਗਦਾ ਦੇਖਣ 'ਤੇ ਕਿ ਕਿੰਨੀ ਵੱਡੀ ਗੱਡੀ ਆ, ਅਤੇ ਨਾਲੇ ਨੱਠਦੀ ਕਿੰਨੀ ਹੋਊਗੀ ਇਹ। ਅਤੇ ਆਹ ਇਹਦੇ ਫਿਊਜ਼ ਵਗੈਰਾ ਸਾਰੇ ਇੱਥੇ, ਉਹ ਸਾਰਾ ਕੁਝ ਹਿਸਾਬ ਕ੍ਰਾਈਸਲਰ ਵਾਂਗੂ ਉਹ 'ਚ ਵੀ ਇੱਦਾਂ ਹੀ ਆ, ਅਤੇ ਬਾਕੀ ਜੇ ਬੈਟਰੀ ਇਹਦੀ ਵੀ ਪਿੱਛੇ ਡਿੱਗੀ 'ਚ ਹੀ ਹੁੰਦੀ ਆ, ਅਤੇ ਆਹ ਸਾਰਾ ਇੰਜਨ ਹੀ ਆ ਐਡਾ ਵੱਡਾ, ਅਤੇ ਆਹ ਜਿਹਦੇ ਕਰਕੇ ਗੱਡੀ ਨੱਠਦੀ ਆ। ਉਸ ਤੋਂ ਬਾਅਦ ਗੱਲ ਆਉਂਦੀ ਗੱਡੀ ਦੇ ਐਕਸਟੀਰੀਅਰ ਦੀ ਆ, ਤੁਸੀਂ ਗੱਡੀ ਦਾ ਐਕਸਟੀਰੀਅਰ ਦੇਖਦੇ ਹੀ ਹੋਣੇ ਆ, ਸਟ੍ਰਾਈਕਸ ਵਗੈਰਾ ਸਾਰਾ ਕੁਛ ਨਾ, ਇਹ ਸਾਰਾ ਮੋਡੀਫਾਈਡ ਆ, ਗੱਡੀ ਮੋਡੀਫਾਈ ਕਰਵਾਈ ਹੋਈ ਆ ਇਹਨੇ, ਕੁਝ ਕੁ ਚੀਜ਼ਾਂ ਵਿੱਚ ਐਡ ਕੀਤੀਆਂ ਗੱਡੀ ਲੈਣ ਤੋਂ ਬਾਅਦ, ਉਹ ਤੁਹਾਨੂੰ ਦੱਸਦੇ ਹੁਣ ਕਿਹੜੀ ਕਿਹੜੀ ਚੀਜ਼ ਅਤੇ ਕਿੰਨੇ ਕਿੰਨੇ ਦਾ ਹਿਸਾਬ ਕਰ। ਅਤੇ ਆਹ ਜਿਹੜੀ ਆ ਸਟ੍ਰਾਈਪਸ ਦੇਖ ਰਹੇ ਹੋ, ਇਹ ਹੈਗੀ ਆ ਕਾਰਬਨ ਫਾਈਬਰ ਦੇ ਨਾਲ ਰੈੱਡ ਬੋਰਡਰ, ਅਤੇ ਇਹਨੇ ਸਟ੍ਰਾਈਪਸ ਆਪ ਪਵਾਈਆਂ ਬਾਅਦ 'ਚ ਮੋਡੀਫਾਈ ਕਰਵਾਈ ਤੂੰ, ਹੈ ਨਾ? ਅਤੇ ਕਿੰਨੇ ਦੀ ਪਈ ਸੀ ਇਹ ਸਟ੍ਰਾਈਪਾਂ ਤੈਨੂੰ? ਤੇ ਸਟ੍ਰਾਈਪਸ 500 ਦੀਆਂ ਪਈਆਂ ਸੀ, ਤੇ ਆ ਜੇ ਤੁਸੀਂ ਨੀਚੇ ਦੇਖ ਰਹੇ ਹੋ ਕਿ ਮਸਟੈਂਗ ਦਾ ਸਾਈਨ ਨਹੀਂ ਹੈਗਾ, ਇਹ ਵੀ ਇਸ ਲਈ ਨਹੀਂ ਕਿਉਂਕਿ ਆਹ ਸਾਰਾ ਮੋਡੀਫਾਈ ਕਰਵਾਇਆ, ਆਹ ਜਿਹੜੀ ਜਾਲੀ ਆ ਇਹ ਵੀ ਆਪ ਲਗਵਾਈ ਸੀ ਗੱਡੀ ਨੂੰ, ਅਤੇ ਆਹ ਸਾਈਡ 'ਤੇ ਲਾਈਟਸ ਆ, ਇਹ ਉੱਦਾਂ ਨਹੀਂ ਹੁੰਦੀਆਂ ਜੀ, ਅਸੀਂ ਮਸਟੈਂਗ ਲੈਂਦੇ ਹਾਂ ਤਾਂ ਨਾਲ ਨਹੀਂ ਨਾ ਲਾਈਟਸ ਮਿਲਦੀਆਂ ਇਹ ਵਾਲੀਆਂ। ਮਤਲਬ $200 ਦਾ ਖਰਚਾ ਆਇਆ ਜੇ ਤੁਸੀਂ ਆਹ ਲਾਈਟਸ ਪਵਾਉਣੀ ਆ ਤੇ ਆਹ ਜਾਲੀ ਚੇਂਜ ਕਰਵਾਉਣੀ ਹੈ ਨਾ, ਪਰ ਇਹ ਆ ਕਿ ਫਿਰ ਮਸਟੈਂਗ ਦਾ ਸਾਈਨ ਲਿੱਥ ਜਾਂਦਾ, ਜੇ ਅਸੀਂ ਲਵਾਉਣਾ ਹੋਵੇ ਲਵਾ ਹੀ ਸਕਦੇ ਹੋ, ਵੀ ਮਸਟੈਂਗ ਦਾ ਸਾਈਨ ਤਾਂ ਲੱਗਣਾ ਨੀ ਇਹਦੇ ਤੇ, ਇੱਥੇ ਮੈਂ ਸਟੈਂਡ ਦਾ ਸਾਈਨ ਲੱਗਣਾ। ਅਤੇ ਉਸ ਤੋਂ ਬਾਅਦ ਗੱਲ ਆਉਂਦੀ ਆ ਲਾਈਟਸ ਦੀ, ਆ ਲਾਈਟਸ ਵੀ ਮੋਡੀਫਾਈ ਕਰਵਾਈਆਂ ਆ, ਆਹ ਤੁਹਾਨੂੰ ਜਗਾ ਕੇ ਦਿਖਾਉਂਦੇ ਕੀ ਹਿਸਾਬ ਤਾ ਵਾ। ਸਾਰੇ ਜਿਹੜੇ ਲਾਈਟਸ ਦੇ ਕੰਟਰੋਲਸ ਹੁੰਦੇ ਨਾ ਫੋਨ ਦੇ ਨਾਲ ਕਨੈਕਟਡ ਹੁੰਦੇ ਆ, ਆਹ ਦੇਖੋ ਆਹ ਜਿੱਦਾਂ ਹੁਣ ਫੋਨ ਦੇ ਨਾਲ ਕਨੈਕਟ ਕੀਤੇ ਨੇ, ਅਤੇ ਸਾਰੀਆਂ ਆਹ ਦੇਖੋ ਆਹ ਜਿੱਦਾਂ ਇਹਨੇ ਕੀਤਾ ਕਿ ਗ੍ਰੀਨ ਕਲਰ, ਰੈੱਡ ਕਲਰ, ਆਹ ਸਾਰੀ ਮੋਡੀਫਾਈ ਕਰਵਾਈ ਹੋਈ ਆ ਲਾਈਟਸ, ਅਲੱਗ ਅਲੱਗ ਡਿਫਰੈਂਟ ਡਿਫਰੈਂਟ ਕਲਰ ਹੋ ਜਾਂਦੇ ਆ ਲਾਈਟ ਲਾਈਟਾਂ ਦੇ ਇਹਦੇ ਨਾਲ, ਅਤੇ ਫੋਨ ਦੇ ਨਾਲ ਹੀ ਕਨੈਕਟਡ ਆ ਇਹ, ਆਹ ਦੇਖੋ ਆਹ ਸਾਰਾ ਮੋਡੀਫਾਈ ਕਰਵਾਇਆ ਹੋਇਆ, ਪਹਿਲਾਂ ਨਹੀਂ ਸੀਗਾ ਗੱਡੀ ਜਦੋਂ ਲੈਣੇ ਨਾ ਸੀ ਨਵੀਂ ਮਸਟੈਂਗ, ਉਹਦੇ ਨਾਲ ਨਹੀਂ ਹੁੰਦਾ, ਇਹ ਸਾਰਾ ਮੋਡੀਫਾਈ ਕਰਵਾ ਕੇ ਹੁੰਦਾ ਆ, ਅਤੇ ਆਹ ਲਾਈਟਸ ਦਾ ਸਾਰਾ ਕੰਟਰੋਲ ਕਰੀ ਜਿਹੜਾ ਚੇਂਜ, ਆਹ ਦੇਖੋ ਆਹ ਜਿਹੜਾ ਇੱਥੋਂ ਕਰਦਾ ਆ ਉਹੀ ਵਾਲਾ ਸਾਹਮਣੇ ਹੋ ਜਾਂਦਾ ਗੱਡੀ ਦੇ, ਸਾਰੇ ਕੰਟਰੋਲ ਫੋਨ ਦੇ ਉੱਤੇ ਆ ਇਹਦੇ। ਅਤੇ ਆਹ ਲਾਈਟਸ ਕਿੰਨੇ ਦੀਆਂ ਹੋਈਆਂ ਸੀ? ਇਹ ਮੈਂ ਔਨਲਾਈਨ ਆਰਡਰ ਕੀਤੀਆਂ ਸੀਗੀਆਂ, 600 ਦੀਆਂ ਲਾਈਟ ਸੀਗੀਆਂ, ਤੇ 500-600 ਨੇ ਪਾਉਣ ਦਾ ਲੈ ਲਿਆ, ਮਤਲਬ 1200 ਦਾ ਖਰਚਾ ਆ ਗਿਆ, ਮਤਲਬ 1200 ਦਾ ਖਰਚਾ ਲਾਈਟਸ 'ਤੇ ਆ ਜਾਂਦਾ, ਜੇ ਲਾਈਟਸ ਚੇਂਜ ਕਰਵਾਉਣਾ ਹੀ ਚਾਹੁੰਦੇ ਹੋ ਤਾਂ। ਅਤੇ ਆਹ ਨੀਚੇ ਆਹ ਜਿਹੜੇ ਉੱਪਰ ਦੇਖ ਰਹੇ ਹੋ ਤੁਸੀਂ, ਆਹ ਇੰਡੀਕੇਟਰਸ ਹੁੰਦੇ, ਅਤੇ ਨੀਚੇ ਫੋਗ ਲਾਈਟ ਲੱਗੀ ਹੋਈ ਆ, ਦੋਨੋਂ ਸਾਈਡ ਇੱਕ ਇੱਕ ਫੋਗ ਲਾਈਟ ਲੱਗੀ ਹੋਈ ਆ, ਆਹ ਐਲੋਏ ਵੀਲ, ਇਹਨੂੰ ਮੈਟੈਲਿਕ ਐਲੋਏ ਵੀਲ ਪਏ ਹੋਏ ਆ ਪਹਿਲਾਂ ਦੇ ਹੋਏ, ਅਤੇ ਕਿੰਨੇ ਇੰਚ ਟਾਇਰ ਹੈ? 18 ਇੰਚੀ ਟਾਇਰ ਆ ਗੱਡੀ ਦੇ। ਉਸ ਤੋਂ ਬਾਅਦ ਟਾਇਰਾਂ ਤੋਂ ਬਾਅਦ ਗੱਲ ਆਉਂਦੀ ਆ ਛੱਤ ਦੀ, ਹੈ ਨਾ? ਅਤੇ ਇਹ ਹੈਗੀ ਆ ਮਸਟੈਂਗ V6, ਇਹ ਕਨਵਰਟੇਬਲ ਮਸਟੈਂਗ ਆ। ਆਹ ਦੇਖੋ ਛੱਤ ਖੋਲ ਕੇ ਗੱਡੀ ਇਹੋ ਜਿਹੀ ਲੱਗਦੀ ਆ, ਅਤੇ ਗਰਮੀਆਂ ਦੇ ਵਿੱਚ ਮਤਲਬ ਬੜਾ ਨਜ਼ਾਰਾ ਆਉਂਦਾ। ਅਤੇ ਆਹ ਫਿਊਲ ਟੈਂਕ ਕਿੰਨੇ ਲੀਟਰ ਆ ਸੈਨੀ ਸਾਹਿਬ ਇਹਦਾ?
50 ਲੀਟਰ ਦਾ ਹੈਗਾ ਨਾ 50 ਲੀਟਰ ਤੇਲ ਪੈ ਜਾਂਦਾ ਆ ਇਹ ਚ ਰੈਗੂਲਰ ਵੀ ਪਵਾ ਸਕਦੇ ਆ ਪ੍ਰੀਮੀਅਮ ਵੀ ਆ ਨਾ ਇਹਦੇ ਕਰਕੇ ਮਸਟੈਂਗ ਆ ਜਿਹੜੀ ਜੱਚਦੀ ਆ ਤੇ ਆ ਜਿੱਦਾਂ ਇੰਡੀਕੇਟਰ ਜਗ ਰਿਹਾ ਇਹਦੇ ਇਹੀ ਇੱਕ ਸਪੈਸ਼ਲਿਟੀ ਆ ਮਸਟੈਂਗ ਦੀ ਜਿਹੜੀ ਬਹੁਤ ਵਧੀਆ ਲੱਗਦੀ ਗੱਡੀ ਦੇ ਐਕਸਟੀਰੀਅਰ ਬਾਰੇ ਤਾਂ ਗੱਲ ਹੋ ਗਈ ਹੁਣ ਗੱਲ ਆਉਂਦੀ ਉਸ ਤੋਂ ਬਾਅਦ ਇੰਟੀਰੀਅਰ ਦੀ ਗੱਡੀ ਅੰਦਰੋਂ ਕਿੱਦਾਂ ਦਿਖਦੀ ਆ ਤੇ ਹੁਣ ਉਹਦੀ ਗੱਲ ਕਰਦੇ ਆ ਗੱਡੀ ਹੈਗੀ ਆ 4 ਸੀਟਰ ਕਈਆਂ ਨੂੰ ਇਹ ਵੀ ਲੱਗਦਾ ਕਿ ਮਸਟੈਂਗ 2 ਸੀਟਰ ਆ ਕਿਉਂਕਿ ਉਹਦੀ ਛੱਤ ਖੁੱਲਦੀ ਆ ਤਾਂ ਕਈਆਂ ਲੱਗਦਾ ਕਿ 2 ਸੀਟਰ ਆ ਬਟ ਗੱਡੀ ਹੈਗੀ ਆ 4 ਸੀਟਰ ਅੱਗੇ 2 ਸੀਟਾਂ ਦੇ ਆ ਪਿੱਛੇ 2 ਸੀਟਾਂ ਪਰ ਜੇ ਪਿੱਛੇ ਬੈਠਣਾ ਤਾਂ ਤੁਸੀਂ ਇੱਦਾਂ ਨਹੀਂ ਬੈਠ ਸਕਦੇ ਕਿਉਂਕਿ ਸਭ ਤੋਂ ਪਹਿਲਾਂ ਇੱਥੋਂ ਇਹਨੂੰ ਅੱਗੇ ਨੂੰ ਕਰਨਾ ਪੈਂਦਾ ਫਿਰ ਆ ਪਿੱਛੇ ਬੰਦਾ ਪੈਂਦਾ ਤੇ ਫਿਰ ਇਹਨੂੰ ਵਾਪਸ ਪਿੱਛੇ ਨੂੰ ਕਰਨਾ ਪੈਂਦਾ ਕਰੀਏ ਪਿੱਛੇ ਇਹਨੂੰ ਵਾਪਸ ਪਿੱਛੇ ਨੂੰ ਕਰਨਾ ਪੈਂਦਾ ਫਿਰ ਅਗਲਾ ਬੰਦਾ ਪੈਂਦਾ ਤੇ ਗੱਡੀ ਹੈਗੀ ਆ ਪੁਸ਼ ਟੂ ਸਟਾਰਟ ਸਟੇਅਰਿੰਗ ਦੀ ਗੱਲ ਆਉਂਦੀ ਆ ਘੋੜਾ ਬਣਿਆ ਹੋਇਆ ਤੇ ਆ ਇੱਥੇ ਸਾਰੇ ਕੰਟਰੋਲ ਇਹਨਾਂ ਦਿੱਤੇ ਹੋਏ ਆ ਜੇ ਉੱਥੇ ਅਸੀਂ ਸਕਰੀਨ ਨੂੰ ਸੈੱਟ ਕਰਨਾ ਤਾਂ ਕੁਛ ਵੀ ਹੋਵੇ ਗੱਡੀ ਨੂੰ ਸਕਰੀਨ ਤੇ ਆ ਜਾਂਦਾ ਹਨਾ ਇੱਦਾਂ ਤੇ ਉਸ ਤੋਂ ਬਾਅਦ ਆ ਹੈਗੀ ਆ ਪਿਕਿੰਗ ਵਗੈਰਾ ਵੋਇਸ ਕੰਟਰੋਲ ਤੇ ਵੋਲੀਅਮ ਅਪ ਡਾਊਨ ਕਰਨੀ ਆ ਤੇ ਉਸ ਤੋਂ ਬਾਅਦ ਸਕਰੀਨ ਦੀ ਗੱਲ ਆਉਂਦੀ ਆਹ ਸਕਰੀਨ ਲੱਗੀ ਹੋਈ ਆ ਤੇ ਆਹ ਸਾਰੇ ਕੰਟਰੋਲਸ ਆ ਤੁਹਾਡੇ ਸਾਹਮਣੇ ਹੀ ਆ ਜਿਹੜੇ ਵੀ ਕੰਟਰੋਲਸ ਹੈਗੇ ਆ ਆਹ ਗੀਅਰ ਸ਼ਿਫਟਰ ਆ ਤੇ ਗੱਡੀ ਮੈਨੂਅਲ ਆ ਨਾ ਤੇ ਗੱਡੀ ਹੈਗੀ ਆ ਮੈਨੂਅਲ ਆਟੋਮੈਟਿਕ ਵੀ ਆਉਂਦੀ ਆ ਬਟ ਇਹ ਹੈਗੀ ਮੈਨੂਅਲ ਗੱਡੀ ਵਧੀਆ ਗੱਡੀ 6 ਗੇਅਰ ਆ 6 ਸ਼ਿਫਟਰਸ ਗੱਡੀ ਆ ਤੇ ਨਾਲੇ ਗੱਡੀ ਨੱਠਦੀ ਬੜੀ ਆ ਤੇ ਟੋਪ ਸਪੀਡ ਇੱਥੇ ਤੁਸੀਂ ਦੇਖਦੇ ਹੋਣੇ ਇੱਥੇ ਇਹਨਾਂ ਨੇ 260 ਦਿੱਤੀ ਹੋਈ ਆ ਟੋਪ ਸਪੀਡ 240 ਤੱਕ ਤਾਂ ਹੋਊਗੀ ਇਹ 260 ਦਿੱਤੀ ਹੋਈ ਆ 200 ਤੇ ਮੈਂ ਲਾਈ ਆ ਹਾਂ 200 ਤੱਕ ਤਾਂ ਗੱਡੀ ਲਾਈ ਹੋਈ ਆ 240 ਤੱਕ ਹੁੰਦੀ ਹੋਈ ਆ 260 ਤੇ ਦਿੱਤੀ ਹੋਈ ਆ ਤਾਂ ਸਪੀਡ ਆ ਟਰੱਕ ਨਾਲ ਨਹੀਂ ਮਿਲਦਾ ਇਹ ਆਪ ਲਾਇਆ ਹੋਇਆ ਆ ਲੈ ਆ ਟਰੱਕ ਤਾਂ ਖੁੱਲਦਾ ਵੀ ਆ ਸਾਰੇ ਡੋਰ ਸਾਰੇ ਖੁੱਲਦੇ ਆ ਇਹਦੇ ਕੀ ਬਾਤ ਹੈ ਟਰੱਕ ਬੜਾ ਘੈਂਟ ਤੇ ਉਸ ਤੋਂ ਬਾਅਦ ਗੱਡੀ ਦੀ ਗੱਲ ਕਰਦੇ ਆ ਤੇ ਆ ਇੱਥੇ ਸਾਈਨ ਬਣਿਆ ਹੋਇਆ ਮਸਟੈਂਗ ਦਾ ਸਿੰਸ 1984 ਤੇ ਸਾਰੀਆਂ ਸਟੈਂਗਾਂ ਦੇ ਆਉਂਦਾ ਤੁਸੀਂ ਦੇਖਦੇ ਹੋਣੇ ਆ PV07 ਪਤਾ ਲੱਗ ਗਿਆ ਆਪਣਾ ਹੁਸ਼ਿਆਰਪੁਰ ਦੇ ਆ ਸੀ ਅਸੀਂ ਦੋਵੇਂ ਹੁਸ਼ਿਆਰਪੁਰ ਦੇ ਆ ਤੇ ਆ ਉੱਪਰ ਆ ਸਾਰੇ ਇਹਦੇ ਕੰਟਰੋਲਸ ਲੱਗੇ ਹੋਏ ਆ ਜੇ ਛੱਤ ਨੂੰ ਬੰਦ ਕਰਨਾ ਆ ਆ ਕੱਪ ਹੋਲਡਰਸ ਆ ਤੇ ਆ ਹੈਂਡ ਬ੍ਰੇਕ ਆ ਇੱਥੇ ਹੱਥ ਦੇ ਵਿੱਚ ਤੇ ਬਾਕੀ ਤੁਸੀਂ ਸਪੇਸ ਦੇਖਦੇ ਹੀ ਹੋਣੇ ਆ ਸਪੇਸ ਗੱਡੀ ਦੀ ਬਹੁਤ ਵਧੀਆ ਆ ਅੱਗੇ ਵੀ ਖੁੱਲੀ ਡੁੱਲੀ ਆ ਸਪੇਸ ਗੱਡੀ ਦੀ ਸਮਾਨ ਸਮੂਨ ਰੱਖਣ ਦੇ ਲਈ ਇੱਥੇ ਵੀ ਇਹ ਕਾਫੀ ਜਗ੍ਹਾ ਬਣੀ ਹੋਈ ਆ ਤੇ ਵਿੱਚ ਤੁਸੀਂ ਕਾਫੀ ਆਪਣਾ ਸਮਾਨ ਸਮੂਨ ਰੱਖ ਹੋ ਜਾਂਦਾ ਗੱਡੀ ਦੇ ਵਿੱਚ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਚੇਂਜ ਕਰਾਉਣੀ ਉਹ ਵੀ ਹੋ ਜਾਂਦੀ ਆ ਉਹ ਮਹਿੰਗਾ ਹੁੰਦਾ ਮਤਲਬ ਪੈਸੇ ਹੀ ਲਗਾਉਣੇ ਆ ਜਿੰਨੇ ਮਰਜ਼ੀ ਲਾਈ ਚੱਲੋ ਤੇ ਹੁਣ ਤੱਕ ਤੇਰਾ ਐਕਸਪੀਰੀਅੰਸ ਕਿੱਦਾਂ ਰਿਹਾ ਗੱਡੀ ਦਾ ਤੈਨੂੰ ਵਧੀਆ ਲੱਗੀ ਗੱਡੀ ਮੈਨੂੰ ਹਜੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਨਾ ਆਈ ਗੱਡੀ ਦੀ ਸਮੋਜ ਵੀ ਚਲਾਈ ਸਮੋਜ ਵੀ ਕੋਈ ਪ੍ਰੋਬਲਮ ਨਹੀਂ ਹਾਂ ਗੱਡੀ ਕੋਈ ਮਤਲਬ ਪ੍ਰੋਬਲਮ ਨਹੀਂ ਦਿੰਦੀ ਵਧੀਆ ਚਲਾਓ ਜੇ ਤੁਸੀਂ ਗੱਡੀ ਚਲਾਓਗੇ ਇਦਾਂ ਫਿਰ ਤਾਂ ਓਬਵੀਅਸਲੀ ਗੱਡੀ ਨੇ ਤਾਂ ਪ੍ਰੋਬਲਮ ਦੇਣੀ ਹੋਈ ਆ ਉਹ ਤਾਂ ਹਰ ਦਿੰਦੀ ਹੁੰਦੀ ਹਾਂ ਬਸ ਆਪਣੇ ਹਿਸਾਬ ਨਾਲ ਗੱਡੀ ਚਲਾਓ ਕੰਫਰਟੇਬਲੀ ਵਧੀਆ ਚਲਾਓ ਗੱਡੀ ਗੱਡੀ ਵਧੀਆ ਚੱਲਦੀ ਆ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੁਣ ਐਵਰੇਜ ਦੀ ਗੱਡੀ ਐਵਰੇਜ ਕਿੰਨੀ ਦਿੰਦੀ ਐਵਰੇਜ ਤਾਂ ਮੇਰੀ 12.5 12.5 ਦੇ ਵਿੱਚ 12 ਮਿੰਟੇ 12.5-13 ਦੇ ਵਿੱਚ ਚੈਂਜ ਸਿਟੀ ਦੀ ਓਕੇ 1 ਲੀਟਰ ਦੇ ਵਿੱਚ ਜਾਂ ਫਿਰ ਇੰਨੇ ਚ 100 ਕਿਲੋਮੀਟਰ ਹਿਸਾਬ ਨਾਲ ਓਕੇ 12.5 ਤੋਂ ਮਤਲਬ ਤੁਸੀਂ 13 ਕੁ ਰੱਖ ਕੇ ਚੱਲੋ ਸਿਟੀ ਦੇ ਵਿੱਚ ਇੰਨੇ ਕੁ ਆ ਜਾਂਦੀ ਆ 13 ਕੁ ਤੱਕ 100 ਕਿਲੋਮੀਟਰ ਦੇ ਹਿਸਾਬ ਨਾਲ ਤੇ ਹਾਈਵੇ ਦੇ ਉੱਤੇ ਤਾਂ ਫਿਰ 8-9 ਦੀ ਹਾਈਵੇ ਦੇ ਉੱਤੇ ਦਿੰਦੀ ਆ 8-9 ਦੇ ਵਿੱਚ 100 ਕਿਲੋਮੀਟਰ ਤੇ ਨਾਲੇ ਸਿਟੀ ਦੇ ਵਿੱਚ ਕੁਛ 13 ਕੁ ਲੀਟਰ ਦੇ ਵਿੱਚ 100 ਕਿਲੋਮੀਟਰ ਕੁੱਲ ਮਿਲਾ ਕੇ ਸਾਰਾ ਕੁਛ ਸਕਰੀਨ ਦੇ ਉੱਤੇ ਦਿਖ ਜਾਂਦਾ ਜੇ ਤੁਸੀਂ ਕੁਛ ਵੀ ਚੀਜ਼ ਚੈੱਕ ਕਰਨੀ ਆ ਤਾਂ ਹਨਾ ਇਕੱਲੀ ਇਕੱਲੀ ਚੀਜ਼ ਸਕਰੀਨ ਤੇ ਆ ਜਾਂਦੀ ਆ ਕੁਛ ਇੱਦਾਂ ਨਹੀਂ ਆ ਕਿ ਤੁਹਾਨੂੰ ਕੋਈ ਸਮਝ ਨਹੀਂ ਆਉਂਦਾ ਤਾਂ ਫਿਰ ਤੁਸੀਂ ਗੱਡੀ ਤੋਂ ਬਾਹਰ ਨਿਕਲ ਕੇ ਚੈੱਕ ਕਰੋ ਜਾਂ ਟਾਇਰਾਂ 'ਚ ਤੁਹਾਨੂੰ ਹਵਾ ਘੱਟ ਲੱਗਦੀ ਤੁਸੀਂ ਬਾਹਰ ਨਿਕਲ ਕੇ ਚੈੱਕ ਕਰੋ ਸਾਰਾ ਕੁਛ ਸਕਰੀਨ ਤੇ ਆ ਜਾਂਦਾ ਤੇ ਉਸ ਤੋਂ ਬਾਅਦ ਗੱਲ ਆਉਂਦੀ ਤੇ ਇੱਕ ਹੋਰ ਚੀਜ਼ ਮੋਡੀਫਾਈ ਕਰਵਾਈ ਸੀਗੀ ਇਹਨੇ ਗੱਡੀ ਦੇ ਪਵਾਏ ਸੀ ਮਫਲਰ ਹਨਾ ਮਫਲਰ ਹੁੰਦੇ ਆ ਕਿ ਗੱਡੀ ਦਾ ਸਲੰਸਰ ਚੇਂਜ ਕਰਵਾਇਆ ਸੀ ਜਿੱਦਾਂ ਇੰਡੀਆ 'ਚ ਬੁਲਟ ਦਾ ਪਵਾਉਂਦੇ ਆ ਉੱਦਾਂ ਇੱਥੇ ਗੱਡੀਆਂ ਦੇ ਪਵਾਉਂਦੇ ਇੱਥੇ ਬੁਲਟ ਤਾਂ ਹੈ ਨਹੀਂ ਫਿਰ ਉਹ ਇਹਨੇ ਪਾਇਆ ਸੀ ਇੱਥੇ ਤੇ ਉਹ ਕਿੰਨੇ ਦਾ ਪਿਆ ਸੀ ਉਹ ਤਾਂ ਮੇਰਾ ਮੈਂ ਮਫਲਰ ਕਢਵਾਏ ਸੀਗਾ ਸਟੇਟ ਪੇਪਰ ਪੈਣੀਆਂ ਸੀ ਉਹਦੀਆਂ ਓ ਅੱਛਾ ਉਹ ਤਾਂ ਮੈਨੂੰ 400 ਦਾ ਹੀ ਪਿਆ ਸੀ 300 ਦਾ ਪਿਆ ਸੀਗਾ ਮੈਨੂੰ ਮਫਲਰ ਕੱਢਣ ਦੇ $300 ਲੱਗ ਗਿਆ ਤੇ ਇਹ ਹਿਸਾਬ ਦਾ ਵਾ ਗੱਡੀ ਦਾ ਤੇ ਉਸ ਤੋਂ ਬਾਅਦ ਜੇ ਗੱਡੀ ਦੀ ਹੁਣ ਪ੍ਰਾਈਸ ਦੀ ਗੱਲ ਕੀਤੀ ਜਾਵੇ ਤਾਂ ਗੱਡੀ ਦੀ ਐਗਜ਼ੈਕਟ ਪ੍ਰਾਈਸ ਤਾਂ ਪਤਾ ਨਹੀਂ ਸਾਨੂੰ ਤੇ ਉਹੀ ਕਿਸ਼ਤ ਦਾ ਹਿਸਾਬ ਹੁੰਦਾ ਇੱਥੇ ਮੇਰੀ ਜਾਂਦੀ ਆ 216 ਬਾਈ ਵੀਕਲੀ ਜਾਂਦੀ ਆ ਤੇ ਉਹੀ ਮਹੀਨੇ ਦੀ 450 ਇੰਨੀ ਕੁ ਮੰਨ ਕੇ ਚੱਲੋ 430 450 ਇੰਨੀ ਕੁ ਮਤਲਬ ਨੋਰਮਲ ਜੇ ਤੁਸੀਂ ਗੱਡੀ ਲੈਣੀ ਹੈ ਨਾ ਇੰਨੀ ਕੁ ਬਣਦੀ ਹੋਈ ਆ ਜੇ ਤੁਸੀਂ ਹੋਰ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤੋਂ ਵੀ ਉੱਪਰ ਵੀ ਗੱਡੀਆਂ ਆਉਂਦੀਆਂ ਬਹੁਤ ਮਸਟੈਂਗ GT ਆਉਂਦੀ ਆ ਉਹ ਤਾਂ ਹੋਰ ਵੀ ਮਹਿੰਗੀ ਹੁੰਦੀ ਆ ਤੇ ਫਿਰ ਉਸ ਹਿਸਾਬ ਨਾਲ ਜਿੰਨੀ ਤੁਸੀਂ ਵੱਡੀ ਗੱਡੀ ਚੱਕੀ ਜਾਓਗੇ ਕਿਸ਼ਤ ਵਧੀ ਜਾਣੀ ਤਾਂ ਇੱਥੇ ਜੇ ਤੁਸੀਂ ਸੋਚ ਰਹੇ ਹੋ ਤੁਸੀਂ ਕਈਆਂ ਨੂੰ ਲੱਗਦਾ ਹੁੰਦਾ ਕਿ ਅਸੀਂ ਕਿਸੇ ਵੀ ਗੱਡੀ ਤੇ ਟੈਕਸੀ ਟੁਕਸੀ ਚਲਾ ਸਕਦੇ ਹਾਂ ਤੇ 2-door ਦੇ ਉੱਤੇ ਟੈਕਸੀ ਨਹੀਂ ਚੱਲਦੀ ਜੇ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਟੈਕਸੀ ਚਲਾਉਣਾ ਚਾਹੁੰਦੇ ਹੋ ਉਬਰ ਵਗੈਰਾ ਚਲਾਉਣਾ ਚਾਹੁੰਦੇ ਹੋ ਉਹ ਸਿਰਫ 4-door ਗੱਡੀ ਤੇ ਚੱਲਦੀ ਆ ਇੱਥੇ
ਟੂ ਡੋਰ ਤੇ ਤੁਸੀਂ ਜਿਹੜੀ ਮਰਜ਼ੀ ਗੱਡੀ ਲੈ ਲਓ, ਇਕੱਲੀ ਮਸਟੈਂਗ ਹੀ ਨਹੀਂ, ਜਿਹੜੀ ਮਰਜ਼ੀ ਲੈ ਲਓ, ਕਮੈਰੋ ਜਿਹੜੀ ਮਰਜ਼ੀ ਚੱਕ ਲਓ, ਟੂ ਡੋਰ ਗੱਡੀ, ਉੱਥੇ ਤੁਸੀਂ ਡਿਲੀਵਰੀਆਂ ਵਗੈਰਾ ਡਿਲੀਵਰੀਆਂ ਤਾਂ ਕਰ ਸਕਦੇ ਹਾਂ, ਸਕਿੱਪ ਵਗੈਰਾ ਉਬਰ ਈਟਸ ਕਰ ਸਕਦੇ ਹੋ, ਪਰ ਤੁਸੀਂ ਟੈਕਸੀ ਨਹੀਂ ਚਲਾ ਸਕਦੇ ਕਿਉਂਕਿ ਬੰਦੇ ਨੂੰ ਬਿਠਾਓਗੇ ਕਿੱਦਾਂ, ਪਹਿਲਾਂ ਆਪ ਉਤਰਨਾ ਪੈਣਾ ਫਿਰ ਉਹਨੂੰ ਬਿਠਾਉਣਾ ਪੈਣਾ। ਤੇ ਹੁਣ ਉਸ ਤੋਂ ਬਾਅਦ ਗੱਲ ਆਉਂਦੀ ਮਫਲਰ ਦੀ, ਹੁਣ ਤੁਹਾਨੂੰ ਅਸੀਂ ਆਵਾਜ਼ ਸੁਣਾਉਂਦੇ ਹਾਂ ਗੱਡੀ ਦੀ। ਬਸ ਇੱਥੇ ਤੱਕ ਹੀ ਸੀਗਾ, ਤੇ ਉਸ ਤੋਂ ਬਾਅਦ ਗੱਲ ਆਉਂਦੀ ਸੀਟਾਂ ਦੀ ਆ, ਤੁਸੀਂ ਸੀਟਾਂ ਦੇਖ ਰਹੇ ਹੋ, ਆਹ ਸੀਟਾਂ ਫਾਈਬਰ ਸੀਟਸ ਨੇ, ਕੱਪੜੇ ਦੀਆਂ ਸੀਟਾਂ ਆ ਇਹ, ਤੇ ਆ ਪਿੱਛੇ ਕੰਫਰਟ ਜ਼ੋਨ ਦੇਖਦੇ ਹੋ, ਤੇ ਪਿੱਛੇ ਇਹ ਆ ਕਿ ਪਿੱਛੇ ਸਪੇਸ ਜ਼ਰੂਰ ਘੱਟ ਆ, ਜਿਹੜਾ ਬੰਦਾ ਪਿੱਛੇ ਬਹਿੰਦਾ ਉਹਨੂੰ ਥੋੜ੍ਹਾ ਕੁ ਟਾਈਟ ਹੋ ਕੇ ਬੈਠਣਾ ਪੈਂਦਾ ਕਿਉਂਕਿ ਫਿਰ ਉਹ ਟੂ ਡੋਰ ਗੱਡੀ ਨਾ, ਫਿਰ ਟੂ ਡੋਰ ਗੱਡੀਆਂ ਛੋਟੀਆਂ ਹੁੰਦੀਆਂ ਪਿੱਛਿਓਂ, ਅੱਗੇ ਸਪੇਸ ਕਾਫੀ ਆ, ਅੱਗੇ ਬੰਦਾ ਕੰਫਰਟੇਬਲ ਹੋ ਕੇ ਬਹਿ ਜਾਂਦਾ ਆ। ਤੇ ਬਸ ਇਹੀ ਸੀਗਾ ਹਿਸਾਬ ਕਿਤਾਬ ਗੱਡੀ ਦਾ, ਤੇ ਸਾਰਾ ਕੁਛ ਅਸੀਂ ਤੁਹਾਨੂੰ ਦੱਸ ਦਿੱਤਾ ਗੱਡੀ ਬਾਰੇ, ਕੀ ਕੀ ਹਿਸਾਬ ਦਾ ਆ, ਕੀ ਕੀ ਇੰਟੀਰੀਅਰ ਆ, ਕੀ ਪ੍ਰਾਈਸ ਆ, ਤੇ ਸਪੀਡ ਦਾ ਕੀ ਹਿਸਾਬ ਆ। ਫਿਰ ਤੁਸੀਂ ਹੁਣ ਡਿਮਾਂਡ ਆਈ ਸੀ ਕਿ ਮਸਟੈਂਗ ਤੇ ਵਲੋਗ ਬਣਾਓ, ਮਸਟੈਂਗ ਤੇ ਅਸੀਂ ਵਲੋਗ ਬਣਾ ਦਿੱਤਾ, ਤੇ ਜੇ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰੀਓ ਤੇ ਕਮੈਂਟ ਕਰੀਓ, ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਗੱਡੀ ਕਿੱਦਾਂ ਦੀ ਆ, ਸਹੀ ਗੱਲ, ਖੁਸ਼ੀ ਹੋਊਗੀ ਸੁਣ ਕੇ ਸਾਨੂੰ ਤੁਹਾਨੂੰ ਕਿਹੋ ਜਿਹੀ ਲੱਗੀ ਗੱਡੀ, ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਕਿਹੋ ਜਿਹੀ ਲੱਗੀ, ਤੇ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ। ਮੈਨੂੰ ਪਤਾ ਕਾਰਾਂ ਦੀ ਵੀਡੀਓ ਪਸੰਦ ਕਰਦੇ ਹੋ ਤੁਸੀਂ, ਫਿਰ ਟਰਾਈ ਕਰਾਂਗੇ ਕਿ ਅਗਲੀ ਵੀਡੀਓ ਸਾਡੀ ਜੈਗੁਆਰ ਤੇ ਬਣ ਸਕੇ, ਹਨਾ, ਅਗਲੀ ਵੀਡੀਓ ਅਸੀਂ ਜੈਗੁਆਰ ਤੇ ਬਣਾਵਾਂਗੇ ਜੇ ਬਣ ਸਕੀ ਤਾਂ ਮੇਕ ਸ਼ੋਰ ਸਪੋਰਟ ਕਰਦੇ ਰਹੀਓ, ਤੇ ਵੀਡੀਓ ਨੂੰ ਲਾਈਕ ਕਰੀਓ, ਕਮੈਂਟ ਕਰੀਓ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀਓ ਜਿਹੜੇ ਨਵੇਂ ਆਏ, ਤਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ, ਗੁੱਡ ਬਾਏ। Why you acting cool, girl? I know you got some options.